ठीक है जी अर्श बोलो। अर्श आवाज आ रही है? मैं अमरजोत सिंह बोल रहा हैं ते तुसी अपनी गलबात दसो मैनू की है सिचुएशन। अपना थोड़ा जा सेटल हो जाओ, ताड़ा जरा हिल लिया सारा सामान। जस्ट सेटल डाउन एंड डोंट मूव। हां जी सर, गो अहेड एंड टेल मी व्हाट द प्रॉब्लम इज। की ताड़े मन च विचार चल रहे हैं कनाडा दे बारे? विचार कनाडा बारे इदां सर कि जिदा मेरी गर्लफ्रेंड ओथे आ वैंकूवर सरी दे विच। ओके एंड ਆਪਾਂ ਜਿੱਦਾਂ ਮੈਂ ਤਾਂ ਸਟੂਡੈਂਟ ਵੀਜ਼ਾ ਤੇ ਆਸਟ੍ਰੇਲੀਆ ਮੈਲਬਨ ਦੇ ਵਿੱਚ ਇਸ ਵੇਲੇ 4 ਸਾਲ ਹੋ ਗਏ ਮੈਨੂੰ ਇੱਥੇ। ਓਕੇ ਤਾਂ ਇੱਥੇ ਕਿ ਮੈਂ ਜਿੱਦਾਂ ਸੋਚ ਰਿਹਾ ਸੀ, ਆਪਾਂ ਡਿਸਾਈਡ ਕੀਤਾ ਸੀਗਾ ਕਿ ਅਗਰ ਮੈਂ ਉਹਦੇ ਨਾਲ ਉੱਥੇ ਸਰੀ ਮੂਵ ਹੋ ਜਾ ਉਹਦੇ, ਕਿਉਂਕਿ ਕੋਲ ਉਹ ਹਲੇ ਉੱਥੇ ਵਰਕ ਪਰਮਿਟ ਤੇ ਆ ਫਰੋਮ ਲਾਸਟ ਨਵੰਬਰ 2018 ਆਫਟਰ ਫਿਨਿਸ਼ ਯਰ ਸਟੱਡੀ। ਓਕੇ ਐਂਡ ਅਸੀਂ ਸੋਚ ਰਹੇ ਸੀਗੇ ਕਿ ਬੈਸਟ ਟਾਈਮ ਕੀ ਰਹੂਗਾ ਮੇਰੇ ਉੱਥੇ ਮੂਵ ਹੋਣ ਦੇ, ਬੈਸਟ ਚਾਂਸਿਸ ਕੀ ਹੋ ਗਏ ਕਿ ਈਜ਼ੀਲੀ ਮੈਂ ਉੱਥੇ ਉਹਦੇ ਬੇਸ ਤੇ ਜਿੱਦਾਂ ਮੂਵ ਹੋ ਜਾ। ਠੀਕ ਹੈ, ਮੈਂ ਗੱਲ ਕਰਦਾ ਉਹਦੇ ਬਾਰੇ ਦੱਸਦਾ ਥੋੜਾ ਥੋੜਾ। ਤੁਸੀਂ ਰਿਲੈਕਸ ਹੋ ਕੇ ਬੈਠੋ ਜੇ ਮੇਰੇ ਖਿਆਲ, ਤੁਸੀਂ ਥੋੜਾ ਜਰਾ ਐਂਗਲ, ਹਾਂ ਹੁਣ ਠੀਕ ਹੈ। ਜਸਟ ਲੁੱਕ ਐਟ ਦ ਫੋਨ ਐਂਡ ਜਸਟ ਸਟੇ ਰਿਲੈਕਸ। ਹਾਂਜੀ, ਆਈ ਵਿਲ ਆਸਕ ਯੂ ਸਮ ਕੁਐਸਚਨਸ ਐਂਡ ਦੈਨ ਵੀ ਵਿਲ ਗੋ ਫਰੋਮ ਦੇਅਰ। ਤੁਹਾਡੀ ਜਿਹੜੀ ਗਰਲਫ੍ਰੈਂਡ ਹੈ ਜਿਹਨੂੰ ਤੁਸੀਂ ਮਿਲਣਾ ਹੈ, ਜਾ ਕੇ ਉੱਥੇ ਰਹਿਣਾ, ਕਿੰਨੇ ਸਾਲ ਤੋਂ ਇੱਕ ਦੂਜੇ ਨੂੰ ਜਾਣਦੇ ਹੋ? ਸਰ ਸਾਨੂੰ ਆਲਮੋਸਟ 8-9 ਮਹੀਨੇ ਹੋ ਗਏ ਆ, ਸਾਡੇ ਪੇਰੈਂਟਸ ਇੱਕ ਦੂਜੇ ਨੂੰ ਸਾਰਿਆਂ ਨੂੰ ਜਾਣਦੇ ਆ ਜਿੱਦਾਂ। ਓਕੇ, ਤੁਸੀਂ ਪਹਿਲਾਂ ਕਦੋਂ ਮਿਲੇ ਸੀ, ਇੰਡੀਆ ਮਿਲੇ ਸੀ, ਉਹਨਾਂ ਨੂੰ ਕਿਸ ਤਰ੍ਹਾਂ ਮਿਲੇ ਤੁਸੀਂ? ਨਹੀਂ, ਇਸ ਤਰ੍ਹਾਂ ਆਪਾਂ ਜਿੱਦਾਂ ਚਾਈਲਡਹੁੱਡ ਤੋਂ ਇੱਕ ਦੂਜੇ ਨੂੰ ਜਾਣਦੇ ਆ। ਚਾਈਲਡਹੁੱਡ ਤੋਂ ਜਾਣਦੇ ਹੋ ਇੱਕ ਦੂਜੇ ਨੂੰ? ਓਕੇ, ਤੇ ਐਜ਼ ਅ ਆਫੀਸ਼ੀਅਲੀ ਜਿੱਦਾਂ ਹਲੇ ਤਾਂ ਮਿਲੇ ਨਹੀਂ ਆਪਾਂ ਕਦੀ ਆਫਟਰ ਰਿਲੇਸ਼ਨਸ਼ਿਪ। ਰਿਲੇਸ਼ਨਸ਼ਿਪ, ਕਿਉਂਕਿ ਮੈਂ ਸਵਾਲ ਤੁਹਾਨੂੰ ਤਾਂ ਪੁੱਛ ਰਿਹਾ ਕਿਉਂਕਿ ਇਹ ਸਾਰੇ ਸਵਾਲ ਦੁਬਾਰਾ ਤੋਂ ਰਿਵਾਈਜ਼ ਹੋਣਗੇ। ਅਗਰ ਅਗਰ ਉਹ ਐਪਲੀਕੇਸ਼ਨ ਤੁਸੀਂ ਫਾਈਲ ਕਰੋਗੇ ਸਪਾਊਸ ਵੀਜ਼ਾ ਔਨ ਦ ਬੇਸ ਆਫ ਵਾਈਫ, ਤੇ ਫਿਰ ਉਹ ਵੀਜ਼ਾ ਅਫਸਰ ਨੇ ਸਾਰੇ ਐਗਜ਼ਾਮੀਨੇਸ਼ਨ ਕਰਨਾ ਕਿ ਵਾਕਈ ਤੁਹਾਡਾ ਰਿਸ਼ਤਾ ਕਿੰਨਾ ਇੱਕ ਪੁਰਾਣਾ ਹੈ, ਕਿੰਨਾ ਇੱਕ ਸੀਰੀਅਸ ਹੈ, ਕੋਈ ਇਹਦੇ ਵਿੱਚ ਐਵੀਡੈਂਸ ਹੈ ਵਗੈਰਾ ਵਗੈਰਾ। ਸੋ ਇਹ ਸਾਰੇ ਕੁਐਸਚਨਸ ਦੁਬਾਰਾ ਐਗਜ਼ਾਮੀਨੇਸ਼ਨ ਹੋਣਗੇ। ਸੋ ਇਸ ਕਰਕੇ ਆਪਣੀ ਰਿਲੇਸ਼ਨਸ਼ਿਪ ਹਿਸਟਰੀ ਜਿਹਨੂੰ ਕਹਿੰਦੇ ਹਾਂ ਅਸੀਂ, ਕਿ ਕਿੰਨੇ ਸਾਲ ਤੋਂ ਇੱਕ ਦੂਜੇ ਨੂੰ ਜਾਣਦੇ ਹੋ, ਕਿੰਨੇ ਸਾਲ ਤੋਂ ਫਰੈਂਡਸ਼ਿਪ ਦੇ ਇਲਾਵਾ ਰੋਮਾਂਟਿਕਲੀ ਜਾਣਦੇ ਹੋ, ਆਪਸ 'ਚ ਕੀ ਤੁਹਾਡੇ ਕੋਈ ਟ੍ਰਾਂਜੈਕਸ਼ਨਸ ਵਗੈਰਾ ਹੈ ਇੱਕ ਦੂਜੇ ਨੂੰ, ਗਿਫਟ ਵਗੈਰਾ ਜਾਂ ਮਨੀ ਸਪੋਰਟ ਵਗੈਰਾ ਵਗੈਰਾ, ਫਿਜ਼ੀਕਲ ਤੁਸੀਂ ਕੋਹੈਬਿਟੇਸ਼ਨ ਇਕੱਠੇ ਰਹੇ ਹੋ, ਨਹੀਂ ਰਹੇ ਹੋ, ਇਹ ਸਾਰੇ ਸਾਰੇ ਫੈਕਟਰਸ ਉਹਨਾਂ ਨੇ ਐਨਾਲਾਈਜ਼ ਕਰਨੇ। ਲੇਕਿਨ ਮੇਰਾ 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 ਸਭ ਤੋਂ ਪਹਿਲਾਂ ਇੱਕ ਇਹ ਹੈ, ਕਿਉਰੀਓਸਿਟੀ ਹੈ ਕਿ ਹਾਲੇ ਤੁਹਾਡੀ ਮੈਰਿਜ ਤੇ ਹੋਈ ਨਹੀਂ ਹੈ? ਨਹੀਂ ਨਹੀਂ ਸਰ, ਉਹੀ ਆਪਾਂ ਡਿਸਾਈਡ ਆ, ਉਹੀ ਤੁਹਾਨੂੰ ਮੈਂ ਇਸੇ ਕਰਕੇ ਤੁਹਾਨੂੰ ਮੈਂ ਫੋਨ ਕੀਤਾ। ਅੱਛਾ, ਇਸੇ ਕਰਕੇ ਤੁਸੀਂ? ਠੀਕ ਹੈ, ਓਕੇ। ਸੋ ਸੋ ਵਾਈਫ ਦੀ ਜਿਹੜੀ ਐਜੂਕੇਸ਼ਨ ਕਦੋਂ ਖਤਮ ਹੋ ਰਹੀ ਹੈ, ਕਿੰਨਾ ਡਿਪਲੋਮਾ ਹੈ, ਡਿਗਰੀ ਕੀ ਹੈ? ਨਹੀਂ, ਡਿਪਲੋਮਾ ਖਤਮ ਹੋ ਗਿਆ, ਉਹਨਾਂ ਦਾ ਡਿਪਲੋਮਾ ਬਿਜ਼ਨਸ ਦੇ ਵਿੱਚ ਸੀਗਾ। ਔਰ ਡਿਪਲੋਮਾ ਇਜ਼ ਓਵਰ, ਕਦੋਂ ਖਤਮ ਹੋਇਆ? ਆ ਲਾਸਟ ਨਵੰਬਰ ਦੇ ਵਿੱਚ ਉਹਨਾਂ ਦਾ ਵਰਕ ਪਰਮਿਟ ਆ ਗਿਆ, ਸੈਪਟੈਂਬਰ ਦੇ ਵਿੱਚ ਓਵਰ ਹੋ ਗਿਆ ਸੀਗਾ ਨਵੰਬਰ ਦੇ ਵਿੱਚ ਵਰਕ ਪਰਮਿਟ। ਐਂਡ ਵੇਅਰ ਸ਼ੀ ਵਰਕਿੰਗ ਰਾਈਟ ਨਾਓ? ਸ਼ੀ ਇਜ਼ ਵਰਕਿੰਗ ਇਨ ਮੈਕਡੋਨਲਡਸ ਐਜ਼ ਅ ਟੀਮ ਲੀਡਰ। ਤਨਖਾਹ ਕਿੰਨੀ ਹੈ ਪਰ ਆਵਰ? $12 ਕੁਛ ਆ। ਅੱਛਾ, ਜੌਬ ਪੱਕੀ ਹੈ, ਪਸੰਦ ਆ ਗਈ, ਕੰਟੀਨਿਊ ਕਰੇਗੀ ਜਾਂ ਜੌਬ ਇਸ ਤਰ੍ਹਾਂ ਟੈਂਪਰੇਰੀ ਹੈ? ਕੈਮ ਉਹਨਾਂ ਨੇ ਵੀ ਕਿਹਾ ਕਿ ਉਹ ਹੈਲਪ ਕਰਨਗੇ। ਓਕੇ, ਗੁੱਡ। ਸੋ ਦੇਖੋ ਇਸ ਤਰ੍ਹਾਂ ਹੈ, ਸਿਚੁਏਸ਼ਨ ਬੜੀ ਕਲੀਅਰ ਹੈ, ਉਹਦੇ ਕੋਲ ਵਰਕ ਪਰਮਿਟ ਆਲਰੇਡੀ ਹੈ, ਮੇਰੇ ਖਿਆਲ 2 ਸਾਲ ਦਾ 3 ਸਾਲ ਦਾ ਆਈ ਥਿੰਕ ਓਪਨ ਵਰਕ ਪਰਮਿਟ, ਆਈ ਥਿੰਕ 3 ਸਾਲ ਦਾ ਸਰ, 3 ਸਾਲ ਦਾ ਉਹਦੇ ਕੋਲ ਹੈ। ਗੁੱਡ। ਸੋ ਸੋ ਅਗਰ ਜੇ ਤੁਸੀਂ ਮੈਰਿਜ ਕਰ ਲਓ, ਹੁਣ ਮੈਰਿਜ ਕਿੱਥੇ ਕਰਨੀ ਹੈ ਤੁਸੀਂ ਡਿਸਾਈਡ ਕਰੋ, ਜਾਂ ਤੇ ਇੰਡੀਆ ਦਾ ਕਿ ਮੈਰਿਜ ਕਰਨੀ ਇੰਡੀਆ ਕਰ ਲਓ, ਜਾਂ ਤੇ ਆਸਟ੍ਰੇਲੀਆ ਕੇ ਮੈਰਿਜ ਕਰ ਲੇਗੀ ਉੱਥੇ ਆ ਕੇ ਕਰ ਲਓ, ਜਾਂ ਤੁਸੀਂ ਤੁਹਾਡੇ ਕੋਲ ਤਾਂ ਵੀਜ਼ਾ ਹੈ ਨਹੀਂ ਕੈਨੇਡਾ ਦਾ, ਜੇਕਰ ਹੁੰਦਾ ਉਹਦਾ ਟੂਰਿਸਟ ਵੀਜ਼ਾ ਵਾਲਾ, ਯੂ ਕੁਡ ਹੈਵ ਕਮ ਐਂਡ ਗੈਟ ਮੈਰਿਡ ਹੇਅਰ। ਸੋ ਹੁਣ ਇੱਕ ਨੰਬਰ 1 ਫੈਸਲਾ ਆਪਾਂ ਇਹ ਕਰਨਾ ਹੈ ਕਿ ਵੀ ਮੈਰਿਜ ਕਿੱਥੇ ਕਰਨੀ ਹੈ, ਨੰਬਰ 1 ਵੇਅਰ ਵਿਲ ਵੀ ਗੈਟ ਮੈਰਿਜ। ਸੋ ਦਿਸ ਇਜ਼ ਵਾਟ ਯੂ ਹੈਵ ਟੂ ਡਿਸਾਈਡ ਐਸ ਸੂਨ ਐਸ ਪੋਸੀਬਲ। ਸਰ ਆਪਾਂ ਡਿਸਾਈਡ ਹਾਂਜੀ, ਆਪਾਂ ਅਕਤੂਬਰ ਦੇ ਵਿੱਚ ਸਰ ਆਪਾਂ ਟਿਕਟਸ ਬੁੱਕ ਕੀਤੀਆਂ ਇੰਡੀਆ ਲਈ ਦੋਨਾਂ ਨੇ। ਅੱਛਾ, ਸੈੱਟ ਹੋ ਗਿਆ ਕੰਮ? ਠੀਕ ਹੈ, ਅਕਤੂਬਰ ਟਿਕਟਸ ਬੁੱਕ ਕਰ ਲਈਆਂ ਆ, ਟਿਕਟਸ ਹੈਗੀਆਂ। ਐਂਡ ਆਪਾਂ ਜਿੱਦਾਂ ਸਰ ਜਿੱਦਾਂ ਮਤਲਬ ਆਪਾਂ ਡਿਸਾਈਡ ਕੀਤਾ ਸੀਗਾ ਕਿ ਫੈਮਿਲੀ ਨਾਲ ਮਿਲ ਕੇ ਕਿ ਆਪਾਂ ਇੰਗੇਜਮੈਂਟ ਹੁਣ ਕਰਾਂਗੇ, ਬਟ ਮੈਂ ਆਪਣੇ ਪਾਪਾ ਨੂੰ ਕਿਹਾ ਸੀਗਾ ਕਿ ਜਿੱਦਾਂ ਮੈਂ ਤੁਹਾਡੇ ਨਾਲ ਇੱਕ ਵਾਰੀ ਗੱਲ ਕਰੂੰਗਾ। ਓਕੇ, ਤੇ ਤੁਹਾਡੇ ਨਾਲ ਗੱਲ ਕਰਕੇ ਇੱਕ ਵਾਰੀ ਪੁੱਛੂਗਾ, ਕਿਉਂਕਿ ਮੈਂ ਤੁਹਾਡੀ ਇੱਕ ਵੀਡੀਓ ਦੇ ਵਿੱਚ ਦੇਖਿਆ ਸੀਗਾ ਕਿ ਜਿੰਨੀ ਟਾਈਮ ਆਪਾਂ ਮੈਰਿਜ ਤੋਂ ਬਾਅਦ ਇਕੱਠੇ ਰਹੇ ਉਨਾ ਸਟਰੋਂਗ ਕੇਸ ਹੁੰਦਾ ਹੈ। ਐਬਸੋਲੂਟਲੀ ਐਬਸੋਲੂਟਲੀ, ਮੈਰਿਜ ਦੇ ਬਾਅਦ ਇਹ ਨਹੀਂ ਹੈ ਕਿ ਅਕਤੂਬਰ 'ਚ ਉਹ ਆਏਗੀ ਫਲਾਈ ਕਰਕੇ ਮੈਰਿਜ ਕਰਕੇ ਫਿਰ ਉੜ ਗਈ ਹਫਤੇ ਬਾਅਦ, ਇਹਦਾ ਨਹੀਂ ਹੈ। ਸੋ ਹਸਬੈਂਡ ਐਂਡ ਵਾਈਫ ਨੇ ਇਕੱਠੇ ਟਾਈਮ ਸਪੈਂਡ ਕਰਨਾ ਹੈ, ਜਾਂ ਹਨੀਮੂਨ ਦੇ ਬਾਅਦ, ਜਾਂ
ਜਿਸ ਤਰ੍ਹਾਂ ਵੀ ਮਰਜ਼ੀ ਐਸ ਮਚ ਐਸ ਪੋਸੀਬਲ, ਇੱਕ ਮਹੀਨਾ, ਦੋ ਮਹੀਨਾ, ਜਿੰਨਾ ਵੀ ਟਾਈਮ ਉਹ ਪੋਸੀਬਲ ਕੱਢ ਸਕਦੀ ਹੈ, ਇਹ ਕਰਨਾ ਬਹੁਤ ਜ਼ਰੂਰੀ ਹੈ। ਹਾਂਜੀ ਹਾਂਜੀ, ਮੈਂ ਉਹੀ ਕਹਿ ਕੇ ਫਿਰ ਮੈਂ ਪਾਪਾ ਨੂੰ ਕਿਹਾ ਸੀਗਾ ਕਿ ਅੱਗੇ ਸਾਨੂੰ ਮੈਰਿਜ ਵੀ ਕਰਨੀ ਪਈ ਔਨ ਦਾ ਸਪੋਟ, ਤੇ ਅਸੀਂ ਉਹ ਵੀ ਕਰਨੀ ਆ ਤੁਹਾਡੇ ਨਾਲ ਗੱਲ ਕਰਨ ਤੋਂ ਬਾਅਦ, ਜਿੱਦਾਂ ਵੀ ਹੋਊਗਾ। ਐਂਡ ਨਹੀਂ ਦੇਖੋ, ਇਟਸ ਨਾਟ ਕਾਲ ਔਨ ਦਾ ਸਪੋਟ ਮੈਰਿਜ ਦੀ ਪਲੈਨਿੰਗ ਐਜ਼ ਅ ਪੋਟੈਂਸ਼ੀਅਲ ਫਿਆਂਸੇ ਫਿਆਂਸੀ ਮੈਰਿਜ ਦੀ, ਇਹ ਸਾਰੀ ਇਨਫੋਰਮੇਸ਼ਨ ਤੁਸੀਂ ਇੱਕ ਐਪਲੀਕੇਸ਼ਨ ਫਾਰਮ ਵਿੱਚ ਭਰਨੀ ਹੈ। ਦੇਖੋ ਇਸ ਤਰ੍ਹਾਂ ਹੈ ਕਿ ਜਦ ਤੁਹਾਡੀ ਮੈਰਿਜ ਹੋ ਜਾਏਗੀ, ਫਿਰ ਤੁਸੀਂ ਵਰਕ ਪਰਮਿਟ ਅਪਲਾਈ ਕਰੋਗੇ ਉਹਨਾਂ ਦੇ ਬੇਸ ਤੇ, ਤੁਹਾਡਾ ਮੈਰਿਜ ਸਰਟੀਫਿਕੇਟ ਲੱਗੇਗਾ, ਮੈਰਿਜ ਦੀ ਪਰੂਫ ਲੱਗਣਗੇ ਸਾਰੇ, ਮੈਰਿਜ ਦੇ ਐਵੀਡੈਂਸਿਸ ਹੈ। ਮੈਂ ਕਈ ਲੰਬੀ ਲਿਸਟ ਬਣਾਈ ਹੋਈ ਕਈ ਦੂਸਰੇ ਵੀਡੀਓ 'ਚ ਕਿ ਕਿਹੜੇ ਕਿਹੜੇ ਡਾਕੂਮੈਂਟ ਲੱਗਣੇ ਹੈ, ਉਹ ਸਾਰੇ ਸਾਰੇ ਪਰੂਫ ਲੱਗਣੇ ਹੈ। ਲੇਕਿਨ ਲੇਕਿਨ ਤੁਸੀਂ ਆਲਰੇਡੀ ਇਨ ਐਡਵਾਂਸ ਮੈਰਿਜ ਤੋਂ ਪਹਿਲਾਂ ਹੀ ਜੋ ਇੱਕ ਪੋਟੈਂਸ਼ੀਅਲ ਜਿਹੜੇ ਇੰਗੇਜ ਹੀ ਹੁੰਦੇ ਆ, ਤੁਸੀਂ ਇੰਗੇਜਮੈਂਟ ਕਰਨੀ ਹੈ ਨਹੀਂ ਕਰਨੀ, ਇੰਗੇਜਮੈਂਟ ਹੋ ਗਈ ਨਹੀਂ ਸਰ, ਉਹੀ ਆਪਾਂ ਅੱਛਾ ਇੰਗੇਜਮੈਂਟ ਵੀ ਨਹੀਂ ਹੋਈ। ਸੋ ਇਸ ਕਰਕੇ ਤੁਸੀਂ ਪਲਾਨ ਆਊਟ ਕਰੋ ਕਿ ਇੰਗੇਜਮੈਂਟ ਕਿੱਦਾਂ ਕਰਨੀ ਹੈ। ਮੈਂ ਸਮਝਦਾ ਕਿ ਤੁਸੀਂ ਇੰਗੇਜਮੈਂਟ ਲਈ ਵੀ ਇੱਕ ਦੂਜੇ ਨੂੰ ਇੱਕ ਵਾਰ ਮਿਲੋ, ਤੁਹਾਨੂੰ ਫਿਜ਼ੀਕਲੀ ਮਿਲਣਾ ਜ਼ਰੂਰੀ ਹੈ ਕਿ ਇੰਗੇਜਮੈਂਟ ਸੈਰੇਮਨੀ ਕਰੋ। ਇੰਗੇਜਮੈਂਟ ਦੇ ਬਾਅਦ ਉਹਦੇ ਪਰੂਫ ਆਫ ਰਿਲੇਸ਼ਨਸ਼ਿਪ ਡਿਵੈਲਪ ਕਰੋ, ਫੋਟੋਗ੍ਰਾਫਸ ਲਓ, ਚੈਟਿੰਗ ਹਿਸਟਰੀ ਆਪਣੀ ਮੇਨਟੇਨ ਕਰਦੇ ਰਹੋ, ਇੱਕ ਦੂਜੇ ਨੂੰ ਫਾਈਨੈਂਸ਼ੀਅਲ ਸਪੋਰਟ ਅਗਰ ਕਰ ਰਹੇ ਹੋ ਉਹ ਵੀ ਕਰੋ, ਆਪਸ ਇੱਕ ਦੂਜੇ ਨੂੰ ਕਿੰਨਾ ਜਾਣਦੇ ਹੋ ਵਗੈਰਾ ਵਗੈਰਾ। ਮੇਰੇ ਕੋਲ ਇੱਕ ਲੰਬੀ ਲਿਸਟ ਹੈ, ਉਸ ਲਿਸਟ ਨੂੰ ਤੁਸੀਂ ਫੋਲੋ ਕਰੋਗੇ ਤੇ ਹੁਣ ਤੋਂ ਹੀ ਤੁਸੀਂ ਆਪਣੇ ਡਾਕੂਮੈਂਟਸ ਆਪਣੇ ਸਜਾਉਣਾ ਸ਼ੁਰੂ ਕਰੋ, ਆਪਣਾ ਇਕੱਠੇ ਕਰਨਾ ਸ਼ੁਰੂ ਕਰੋ। ਸੋ ਉਹਦੇ ਬਾਅਦ ਫਿਰ ਤੁਸੀਂ ਵਰਕ ਪਰਮਿਟ ਅਪਲਾਈ ਕਰੋਗੇ, ਐਂਡ ਦੈਨ ਹਾਊ ਇਟ ਵਿਲ ਗੋ। ਅਗਰ ਜੇ ਵਰਕ ਪਰਮਿਟ ਤੁਹਾਨੂੰ ਮਿਲ ਗਿਆ ਤੇ ਫਿਰ ਇਮੀਡੀਏਟਲੀ ਆ ਕੇ ਤੁਸੀਂ ਉਹਨਾਂ ਨਾਲ ਰਹਿ ਸਕਦੇ ਹੋ। ਜੇ ਬਾਈ ਚਾਂਸ ਵਰਕ ਪਰਮਿਟ ਨਹੀਂ ਮਿਲਿਆ, ਦੈਨ ਵੀ ਵਿਲ ਸੀ ਕਿ ਵੀ ਉਹਨੂੰ, ਕਿਉਂਕਿ ਡੈਫੀਨੇਟਲੀ ਮੇ ਬੀ ਦੇ ਵਿਲ ਕਾਲ ਯੂ ਫੋਰ ਇੰਟਰਵਿਊ ਕਿ ਵੀ ਤੁਸੀਂ ਕਿਸ ਤਰ੍ਹਾਂ ਮਿਲੇ, ਕੀ ਹੈ, ਸਾਰਾ ਉਹ ਚੈੱਕ ਕਰਦੇ ਬੋਨਾਫਾਈਡ ਕਿ ਵੀ ਮੈਰਿਜ ਤੁਸੀਂ ਕੈਨੇਡਾ ਲਈ ਕਰਾਈ ਹੈ ਜਾਂ ਰੋਮਾਂਸ ਲਈ ਕਰਾਈ ਹੈ। ਸੋ ਅਗਰ ਜੇ ਬਾਈ ਚਾਂਸ ਉਹ ਵੀ ਨਹੀਂ ਹੁੰਦਾ, ਫਿਰ ਤੇ ਉਹਦੇ ਕੋਲ ਹੋਰ ਕੋਈ ਰਸਤਾ ਨਹੀਂ ਹੈ, ਉਹ ਫਿਰ ਪੀ ਆਰ ਬਣੇਗੀ, ਭਾਵੇਂ ਉਹ ਪੀ ਐਨ ਪੀ ਤੋਂ ਬਣੇ ਜਾਂ ਫੈਡਰਲ ਸਿਸਟਮ ਤੋਂ ਬਣੇ, ਉਹ ਜਦ ਪੀ ਆਰ ਬਣੇਗੀ ਤੇ ਮੈਰਿਜ ਸਰਟੀਫਿਕੇਟ ਲੈ ਕੇ ਤੁਹਾਡਾ ਨਾਮ ਐਡ ਕਰੇਗੀ, ਫਿਰ ਤੁਸੀਂ ਪੱਕੇ ਹੋ ਕੇ ਆਓਗੇ। ਇਟ ਮੇ ਟੇਕ ਵਨ ਮੋਰ ਈਅਰ ਔਰ ਮੇ ਬੀ ਮੋਰ, ਹੂ ਨੋਸ। ਸੋ ਇਹ ਹੈ ਸਵਾਲ। ਸੋ ਲੌਂਗ ਐਂਡ ਸ਼ੋਰਟ ਇਜ਼ ਕਿ ਯੂ ਸ਼ੁਡ ਪਲਾਨ ਆਊਟ ਮੈਰਿਜ, ਤੁਸੀਂ ਆਲਰੇਡੀ ਸੋਚ ਲਈ ਹੈ ਅਕਟੂਬਰ ਕਰਨੀ ਹੈ, ਡੈਟਸ ਉਹਦੇ ਆਈਟਨਰੀ ਤਿਆਰ ਕਰੋ ਕਿ ਉਹ ਕਦੋਂ ਆਏਗੀ, ਕਿਸ ਤਰ੍ਹਾਂ ਹੋਏਗਾ, ਫਿਰ ਕਿਸ ਤਰ੍ਹਾਂ ਕੌਣ ਆਏਗਾ, ਇਨਵੀਟੇਸ਼ਨ ਵਗੈਰਾ, ਬਹੁਤ ਆਫ ਯੂ ਸ਼ੁਡ ਆਪਣੀ ਇਹ ਕਹਾਣੀ ਆਪਣੀ ਸੈਟਅਪ ਕਰਦੇ ਰਹੋ, ਤੇ ਇਹ ਸਾਰਾ ਵੇਰਵਾ ਹੈ ਜਿਹੜਾ ਹੈ ਜੋ ਐਪਲੀਕੇਸ਼ਨ ਫਾਰਮ ਵਿੱਚ ਭਰਿਆ ਜਾਣਾ ਹੈ ਕਿ ਵੀ ਦੋਨੋਂ ਨੇ ਇਕੱਠੇ ਮਿਲ ਕੇ ਜੁਆਇੰਟ ਪਲੈਨਿੰਗ ਕੀਤੀ ਹੈ। ਉਸ ਤੋਂ ਪਹਿਲਾਂ ਮੈਂ ਰੈਕਮੈਂਡ ਕਰਦਾ ਕਿ ਤੁਸੀਂ ਪਹਿਲਾਂ ਇੰਗੇਜਮੈਂਟ ਆਪਣੀ ਕਰੋ, ਇੰਗੇਜਮੈਂਟ ਕਰਨ ਲਈ ਫਿਰ ਮਿਲੋ, ਭਾਵੇਂ ਪੈਸਾ ਲੱਗ ਜਾਏ, ਠੀਕ ਹੈ, ਸ਼ੀ ਕੈਨ ਕਮ ਟੂ ਇੰਡੀਆ ਫੋਰ ਮੇ ਬੀ ਵਨ ਵੀਕ ਔਰ ਟੂ ਵੀਕਸ, ਤੇ ਫਿਰ ਦੇਖਦੇ ਹਾਂ। ਬਾਕੀ ਤੁਸੀਂ ਆਲਰੇਡੀ ਸਟੂਡੈਂਟ ਵੀਜ਼ਾ ਤੁਹਾਡੇ ਕੋਲ ਆਸਟ੍ਰੇਲੀਆ ਹੈ, ਹਾਂਜੀ ਠੀਕ ਹੈ, ਪਹਿਲਾਂ ਕਦੇ ਕੈਨੇਡਾ ਵੀਜ਼ਾ ਰਿਫਿਊਜ਼ ਹੋਇਆ ਕਿ ਅਪਲਾਈ ਹੋਇਆ? ਫਿਰ ਸ਼ੁਰੂ ਚ ਆਸਟ੍ਰੇਲੀਆ ਤੋਂ ਪਹਿਲਾਂ ਇੱਕ ਵਾਰੀ ਅਪਲਾਈ ਕੀਤਾ ਸੀ ਕੈਨੇਡਾ ਸਟੱਡੀ ਦਾ, ਉਹਦਾ ਰਿਫਿਊਜ਼ ਹੋਇਆ ਸੀਗਾ, ਉਹਦਾ ਰਿਫਿਊਜ਼ ਹੋ ਗਿਆ। ਓਕੇ, ਸੋ ਦੁਬਾਰਾ ਕੈਨੇਡਾ ਵੀਜ਼ਾ ਸ਼ਾਇਦ ਤੁਹਾਨੂੰ ਨਾ ਮਿਲੇ, ਆਈ ਡੋਨਟ ਹੈਵ ਮਚ ਹੋਪ, ਸ਼ਾਇਦ ਮਿਲ ਵੀ ਸਕਦਾ ਹੈ, ਆਈ ਕੈਨੋਟ ਸੇ। ਬੈਟਰ ਹੁੰਦਾ ਕਿ ਤੁਸੀਂ ਇੱਥੇ ਹੀ ਆ ਕੇ, ਜੇ ਤੁਹਾਡੇ ਕੋਲ ਟੂਰਿਸਟ ਵੀਜ਼ਾ ਕੋਈ ਹੋਰ ਕੋਈ ਵਿਜ਼ਟਰ ਵੀਜ਼ਾ ਹੁੰਦਾ, ਤੁਸੀਂ ਇੱਥੇ ਕੈਨੇਡਾ ਆ ਕੇ ਇੰਗੇਜਮੈਂਟ ਕਰ ਲੈਂਦੇ, ਇੱਥੇ ਆ ਕੇ ਇਨ ਫਿਊਚਰ ਮੈਰਿਜ ਵੀ ਕਰ ਸਕਦੇ ਸੀ, ਦੈਟ ਵੁੱਡ ਹੈਵ ਬੀਨ ਦ ਬੈਸਟ, ਪਰ ਉਹ ਹੁਣ ਪੋਸੀਬਿਲਿਟੀ ਹੈ ਨਹੀਂ। ਬਾਕੀ ਇਹ ਹੈ ਕਿ ਤੁਹਾਡੀ ਪੜ੍ਹਾਈ ਕਦੋਂ ਖਤਮ ਹੋਏਗੀ, ਮਤਲਬ ਕਿ ਹੁਣ ਇਹਦੇ ਬਾਅਦ ਕੀ ਹੋਏਗਾ? 20 ਦੇ ਐਂਡ ਦੇ ਵਿੱਚ ਖਤਮ ਹੋਏਗੀ। ਵੈਨ ਇਜ਼ ਦੈਟ? ਨੈਕਸਟ ਈਅਰ, ਐਂਡ ਆਫ ਨੈਕਸਟ ਈਅਰ। ਐਂਡ ਆਫ ਨੈਕਸਟ ਈਅਰ ਖਤਮ ਹੋਏਗੀ, ਠੀਕ ਹੈ। ਸੋ ਅਗਰ ਜੇ ਕੈਨੇਡਾ ਵਿਜ਼ਟਰ ਵੀਜ਼ਾ ਮਿਲਣ ਦੇ ਚਾਂਸਿਸ ਬਹੁਤ ਘੱਟ ਹੈ, ਫਿਰ ਤੁਸੀਂ ਇੰਡੀਆ ਜਾ ਕੇ ਹੀ ਆਪਣੀ ਇੰਗੇਜਮੈਂਟ ਦੀ ਉਹ ਕਰੋ, ਇੰਗੇਜਮੈਂਟ ਵੀ ਕਰੋ ਤੇ ਮੈਰਿਜ ਵੀ ਕਰੋ। ਮੈਰਿਜ ਦੇ ਬਾਅਦ ਕਿੰਨਾ ਟਾਈਮ ਤੁਹਾਡੇ ਨਾਲ ਰਹੇਗੀ ਉਹ? ਮੈਰਿਜ ਤੋਂ ਬਾਅਦ? ਹਾਂਜੀ, ਆਪਾਂ ਜਿੱਦਾਂ ਉਹਦੇ ਤੇ ਸਰ ਹਲੇ ਆਪਾਂ ਨੇ ਸੱਚੀ ਦੱਸਾਂ ਕੁਝ ਸੋਚਿਆ ਨਹੀਂ ਆ, ਉਧਰ ਰਹਿ ਵੀ ਸਕਦੇ ਆ। ਨਹੀਂ ਨਹੀਂ, ਸੋਚ ਲਓ, ਕਿਉਂ ਨਹੀਂ ਸੋਚ ਲਓ, ਤੁਸੀਂ ਮੈਂ ਤੁਹਾਨੂੰ ਦੱਸ ਰਿਹਾ ਕਿ ਸੋਚਣਾ ਪਏਗਾ, ਇਹ ਸਾਰੀ ਗੱਲਾਂ ਤੁਹਾਨੂੰ ਪਹਿਲਾਂ ਹੀ ਵਿਚਾਰਨੀ ਪੈਗੀ, ਇਹ ਨਹੀਂ ਕਿ ਔਨ ਦਾ ਸਪਾਟ ਯੂ ਥਿੰਕ ਅਬਾਊਟ ਕਿ ਮੂਡ ਹੈ ਕਿ ਨਹੀਂ। ਮਾਈ ਰਿਕਮੈਂਡੇਸ਼ਨ ਇਜ਼ ਕਿ ਅਕਟੂਬਰ ਚ ਆ ਕੇ ਮੈਰਿਜ ਹੋਏਗੀ, ਮੈਰਿਜ ਦੇ ਬਾਅਦ ਮਿਨੀਮਮ ਮਹੀਨੇ ਦੋ ਮਹੀਨੇ ਰਹਿਣਾ ਚਾਹੀਦਾ ਇਕੱਠੇ ਐਜ਼ ਅ ਹਸਬੈਂਡ ਵਾਈਫ ਇਨ ਇੰਡੀਆ। ਉਹਦੇ ਬਾਅਦ ਰਹਿਣ ਦੇ ਬਾਅਦ ਜਦ ਡਾਕੂਮੈਂਟ ਸਾਰੇ ਤੁਹਾਡੇ ਕੋਲ ਬਿਲਕੁਲ ਤਿਆਰ ਹੋ ਜਾਣਗੇ, ਫਿਰ ਤੁਸੀਂ ਵਰਕ ਵੀਜ਼ਾ ਵਰਕ ਪਰਮਿਟ ਆਪਣਾ ਅਪਲਾਈ ਕਰੋ ਕੈਨੇਡੀਅਨ ਐਮਬੈਸੀ ਤੋਂ, ਚੰਡੀਗੜ੍ਹ ਤੋਂ ਜਾਂ ਨਿਊ ਦਿੱਲੀ ਹਾਈ ਕਮਿਸ਼ਨ ਤੋਂ, ਅਤੇ ਉਹਦੇ ਬਾਅਦ ਫਿਰ ਉਹ ਆ ਸਕਦੀ ਅਪਲਾਈ ਕਰਨ ਦੇ ਬਾਅਦ, ਕਿਉਂਕਿ ਅਪਲਾਈ ਕਰਨ ਦਾ ਬਾਅਦ ਪ੍ਰੋਸੈਸਿੰਗ ਟਾਈਮ ਵੀ ਮਹੀਨਾ ਡੇਢ ਮਹੀਨਾ ਲੱਗਣਾ ਹੀ ਲੱਗਣਾ ਔਨ ਐਨ ਐਵਰੇਜ। ਸੋ ਇਹ ਹੈ ਟਾਈਮ ਲਾਈਨ ਸਾਰੀ, ਠੀਕ ਹੈ।
ਤਾਂ ਮੈਂ ਸਰ ਇੱਕ ਪੁੱਛਣਾ, ਤੁਸੀਂ ਕੀ ਸੁਜੈਸਟ ਕਰ ਰਹੇ ਹੋ, ਅਕਤੂਬਰ ਦੇ ਵਿੱਚ ਇੰਗੇਜਮੈਂਟ ਕਰੀਏ ਜਾਂ ਮੈਰਿਜ ਕਰੀਏ? ਸਰ ਆਈ ਥਿੰਕ ਯੂ ਸ਼ੁੱਡ ਡੂ ਇਟ ਐਜ਼ ਸੂਨ ਐਜ਼ ਪੋਸੀਬਲ। ਅਗਰ ਜੇ ਇੰਗੇਜਮੈਂਟ ਅਗਲੇ ਮਹੀਨੇ ਹੋ ਜਾਏਗੀ ਦੈਟਸ ਇਜ਼ ਬੈਸਟ, ਕਿਉਂਕਿ ਇੰਗੇਜਮੈਂਟ ਐਂਡ ਵੈਡਿੰਗ ਵਿੱਚ ਥੋੜ੍ਹਾ ਟਾਈਮ ਗੈਪ ਮਿਲੇਗਾ, ਕਿਉਂਕਿ ਇਮੀਡੀਏਟਲੀ ਇੰਗੇਜਮੈਂਟ ਕਰਨ ਦੇ ਬਾਅਦ ਅਗਰ ਜੇ ਤੁਸੀਂ ਕਰੋਗੇ ਤੇ ਇਟ ਡਸ ਨਾਟ ਲੁੱਕ ਗੁੱਡ। ਆਈ ਥਿੰਕ ਯੂ ਸ਼ੁੱਡ ਗਿਵ ਇਟ ਸਮ ਕਾਇੰਡ ਆਫ ਗੈਪ ਇਨ ਬਿਟਵੀਨ ਇੰਗੇਜਮੈਂਟ ਐਂਡ ਵੈਡਿੰਗ। ਸੋ ਇੰਗੇਜਮੈਂਟ ਇੱਕ ਵਾਰ ਹੋ ਜਾਏਗੀ ਤੇ ਫਿਰ ਜਿਹੜੇ ਟ੍ਰਾਂਜੈਕਸ਼ਨ ਸ਼ੁਰੂ ਹੋ ਜਾਣਗੇ, ਜਿਹੜੇ ਕਮਿਊਨੀਕੇਸ਼ਨ ਚੈਟ ਹੈ, ਫੋਨ ਕਾਲਸ ਹੈ, ਗਿਫਟ ਦੇਣੇ ਇੱਕ ਦੂਸਰੇ ਨੂੰ, ਜਾਂ ਲਵ ਲੈਟਰ ਹੈ, ਜਾਂ ਫਲਾਨੇ ਜੋ ਵੀ ਕੁਛ ਹੈ। ਸੋ ਇੱਕ ਸਿਸਟਮ, ਇੱਕ ਰਿਲੇਸ਼ਨਸ਼ਿਪ ਹਿਸਟਰੀ ਡਿਵੈਲਪ ਹੋਣਾ ਸ਼ੁਰੂ ਹੋ ਜਾਏਗੀ। ਸੋ ਦੈਟ ਇਜ਼ ਅ ਪੋਜ਼ਿਟਿਵ ਸਟੈਪ ਫੋਰ ਯੋਰ ਫਿਊਚਰ ਐਪਲੀਕੇਸ਼ਨ। ਨਹੀਂ ਅੱਦਾਂ ਆਪਾਂ ਜਿੱਦਾਂ ਮੈਂ ਜੋ ਅਸੀਂ ਡਿਸਾਈਡ ਕੀਤਾ ਸੀਗਾ ਕਿ ਆਪਾਂ ਅਗਰ ਅਕਤੂਬਰ ਦੇ ਵਿੱਚ ਇੰਗੇਜਮੈਂਟ ਕਰਦੇ ਹਾਂ ਐਂਡ ਆਫਟਰ 6 ਮੰਥ ਆਪਾਂ ਫੇਰ ਇੰਡੀਆ ਆ ਕੇ ਮੈਰਿਜ ਕਰ ਲਾਂਗੇ, ਅਗਰ ਉਦੋਂ ਅਪਲਾਈ ਕਰ ਲਈਏ। ਨਹੀਂ ਤੇ ਫਿਰ ਤੁਸੀਂ ਆਈ ਮੀਨ ਕੈਨ ਯੂ ਵੇਟ ਫॉर दैट ਲੌਂਗ, ਮਤਲਬ ਅਕਤੂਬਰ ਦੇ ਬਾਅਦ ਫਿਰ ਨਵੰਬਰ ਦਿਸੰਬਰ? ਜਲਦੀ ਕਾਲੀ ਨਹੀਂ ਆ ਬਟ ਨਹੀਂ ਤੁਹਾਨੂੰ ਕਿਉਂ ਜਲਦੀ ਨਹੀਂ ਹੈ? ਮੈਂ ਇਹੀ ਸੋਚ ਰਿਹਾ ਕਿ ਤੁਸੀਂ ਪਹਿਲਾਂ ਅਕਤੂਬਰ ਤੇ ਇੰਗੇਜਮੈਂਟ ਕਰੋਗੇ, ਫਿਰ ਅਗਲੇ ਜਾਓਗੇ ਮਈ ਜੂਨ ਤੱਕ ਜਾਓਗੇ। ਆਈ ਮੀਨ ਵਾਈ? ਆਈ ਮੀਨ ਜੇਕਰ ਦੋਨੋਂ ਤਰਫ ਅੱਗ ਲੱਗੀ ਹੋਈ ਹੈ, ਰੋਮਾਂਸ ਬਿਲਕੁਲ ਬਿਲਕੁਲ ਸਿਰੇ ਤੇ ਹੈ, ਬਿਲਕੁਲ ਕੰਮ ਹੈ, ਤੇ ਵਾਈ ਨਾਟ ਗੈਟ ਇੰਗੇਜ ਇਮੀਡੀਏਟਲੀ? ਆਈ ਮੀਨ ਇਮੀਡੀਏਟਲੀ ਮੀਨ ਐਸ ਸੂਨ ਐਸ ਵਿਦ ਇਨ ਅ ਮੰਥ ਔਰ ਟੂ, ਲੈਟਸ ਸੇ ਕਿ ਅਰਾਊਂਡ ਜੂਨ ਜੁਲਾਈ, ਤੇ ਫਿਰ ਆ ਕੇ ਆਪਣਾ ਅਕਤੂਬਰ ਤੇ ਦੀਵਾਲੀ ਟਾਈਮ ਦੁਸਹਿਰੇ ਟਾਈਮ ਮੈਰਿਜ ਕਰੋ। ਕਿਉਂਕਿ ਸਰ ਉਹਨੂੰ ਕੰਮ ਤੋਂ ਨਾ ਉਹਨਾਂ ਨੇ ਉਦੋਂ ਇੱਕ ਤਾਂ ਛੁੱਟੀ ਦਿੱਤੀ ਆ ਉਹ ਤੋਂ ਪਹਿਲਾਂ ਉਹਨਾਂ ਹੈ ਨਾ, ਕਿਉਂਕਿ ਆਲਰੇਡੀ ਲਾਈਕ 3 ਵੀਕਸ ਦੀ, ਮੋਰ ਦੈਨ 3 ਵੀਕਸ, ਲੈਸ ਦੈਨ 4 ਵੀਕਸ ਦੀ ਉਹਨੇ ਛੁੱਟੀ ਲਈ ਆ। ਓਕੇ, ਐਂਡ ਉਹ ਤੋਂ ਪਹਿਲਾਂ ਉਹਨੂੰ ਕੰਮ ਤੇ ਵੀ ਨਹੀਂ ਛੁੱਟੀ ਦੇ ਸਕਦੇ। ਅੱਛਾ, ਐਂਡ ਆਪਾਂ ਫਿਰ ਉਸ ਹਿਸਾਬ ਨੇ ਤਾਂ ਅਕਤੂਬਰ ਦੇ ਅਰਾਊਂਡ ਦੇਖਿਆ ਸੀਗਾ। ਅੱਛਾ, ਹਾਂਜੀ, ਚਲੋ ਠੀਕ ਹੈ ਫਿਰ। ਤੇ ਦੇਖੋ ਫਿਰ ਦੇਖੋ ਇਸ ਤਰ੍ਹਾਂ ਦੀ ਅਗਰ ਫਿਜ਼ੀਕਲ ਇੰਪੋਸੀਬਿਲਟੀ ਹੈ, ਅਗਰ ਛੁੱਟੀ ਕਰਕੇ ਇਸ ਤਰ੍ਹਾਂ ਕੋਈ ਬੰਦਿਸ਼ ਹੈ, ਤੇ ਫਿਰ ਤੇ ਦੇਰ ਇਜ਼ ਨਥਿੰਗ ਆਈ ਕੈਨ ਡੂ ਅਬਾਊਟ ਇਟ। ਅਗਰ ਅਕਤੂਬਰ ਹੀ ਹੈ ਨੀਅਰੈਸਟ, ਦੈਨ what I'm telling you is that I think immediately after engagement you should give it a gap of some time. Agar je tusi 6 mahine baad karna chaho, so but who cares? I especially don't care. Jagar tusi wait karna hai te you're looking at November, December, January, February, March, April, April jaake marriage karoge, April fir marriage karne de baad fir bhi wo tade naal rahegi, kuch May June rahegi ya something rahegi, phir wo pura saal bilkul ehi time aa jana agle saal. ਕਿਉਂਕਿ ਨਾ ਮੈਂ ਐਜ਼ ਅ ਸੇਫ ਚੈਨਲ ਸ਼ੁਰੂ ਤੋਂ ਹੀ ਕਈ ਵਾਰੀ ਏਦਾਂ ਹੁੰਦਾ ਕਿ ਅੱਗੇ ਜਾ ਕੇ ਨਾ ਕਿੰਨਾ ਮੈਸਡ ਅਪ ਹੋ ਜਾਂਦਾ ਆ, ਕਿ ਕਿੰਨਾ ਕੁਛ ਇਕੱਠਾ ਹੋ ਜਾਂਦਾ, ਕਿ ਮੈਂ ਸ਼ੁਰੂ ਤੋਂ ਹੀ ਐਜ਼ ਅ ਸਟੈਪ ਵਾਈਜ਼ ਚੱਲਣਾ ਮੰਗਦਾ ਜਿੱਦਾਂ। ਨਹੀਂ ਉਹ ਜਿਹੜੀ ਚੈੱਕਲਿਸਟ ਹੈ, ਜੋ ਚੈੱਕਲਿਸਟ ਹੈ, ਜੋ ਡਾਕੂਮੈਂਟਸ ਜਿਹੜੇ ਅਲਟੀਮੇਟਲੀ ਸਬਮਿਟ ਹੋਣੇ ਆ, ਉਸ ਚੈੱਕਲਿਸਟ ਦੀ ਤੁਹਾਨੂੰ ਮੈਂ ਨੌਲੇਜ ਤੇ ਇੱਕ ਪੂਰੀ ਕੰਪਲੀਟ ਫਿਜ਼ੀਕਲ ਚੈੱਕਲਿਸਟ ਤੁਹਾਨੂੰ ਮੈਂ ਅੱਜ ਹੀ ਤੁਹਾਨੂੰ ਵੀ ਦੇ ਦਿਆਂਗਾ, ਤੁਸੀਂ ਉਹਨੂੰ ਪ੍ਰਿੰਟ ਕਰਾ ਕੇ ਆਪਣੀ ਫਾਈਲ ਵਿੱਚ ਰੱਖ ਲਓ, ਤੇ ਹੌਲੀ 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 ਆਪਣੇ, ਯੂ ਹੈਵ ਮੋਰ ਟਾਈਮ ਨਾਓ, ਯੂ ਹੈਵ ਕਲੋਜ਼ ਟੂ 8-9 ਮੰਥਸ, ਹੌਲੀ ਹੌਲੀ ਤੁਸੀਂ ਆਪਣੇ ਉਹ ਡਾਕੂਮੈਂਟ ਆਪਣੇ ਇਕੱਠੇ ਕਰੀ ਜਾਓ, ਤੇ ਬਾਏ ਦਾ ਟਾਈਮ ਯੂ ਆਰ ਮੈਰਿਡ ਯੂ ਵਿਲ ਹੈਵ ਮੋਸਟ ਆਫ ਦ ਡਾਕੂਮੈਂਟ, ਤੁਹਾਡੇ ਕੋਲ ਸਾਰੇ ਕੋਲ ਡਾਕੂਮੈਂਟ ਹੋਣੇ ਉਸ ਵਕਤ। ਠੀਕ ਹੈ ਸਰ, ਤਾਂ ਸਰ ਉਦਾਂ ਤੁਸੀਂ ਇਕੱਲੇ ਸਪਾਊਸ ਵੀਜ਼ਾ ਨਾਲ ਡੀਲ ਕਰਦੇ ਹੋ ਜਾਂ ਤੁਸੀਂ ਜਿੱਦਾਂ ਉਹਦੀ ਅਪਲਾਈ ਕਰਨਾ ਹੋਵੇ ਪੀਐਨਪੀ ਵਗੈਰਾ ਉੱਚ ਵੀ? ਮੈਂ ਸਾਰੇ ਡੀਲ ਕਰਦਾ ਸਰ ਜੀ, ਕੈਨੇਡਾ ਇਮੀਗ੍ਰੇਸ਼ਨ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਹੈ ਜੋ ਮੈਂ ਨਹੀਂ ਡੀਲ ਕਰਦਾ। I deal with most of the cases. I am also dealing with refugee cases also. So I deal all cases in Canada. ਉਹਨਾਂ ਦਾ ਵੀ ਅਪਲਾਈ ਕਰਨਾ ਸੀਗਾ, ਉਹਨਾਂ ਹੁਣ ਜਿੱਦਾਂ ਟੀਮ ਲੀਡਰ ਆ ਤੇ ਉਹਨਾਂ ਨਵੰਬਰ ਤੋਂ ਲੈ ਕੇ ਉਹਦਾ ਫੈਬਰੀ ਦੇ ਵਿੱਚ ਬਣੇ ਸੀਗੇ ਟੀਮ ਲੀਡਰ। ਅੱਛਾ, ਚਲੋ ਉਹਦੇ ਉਹਨੂੰ ਮੈਂ ਡਾਇਰੈਕਟਲੀ ਫੋਨ ਕਰਕੇ ਉਹਦੇ ਉਹ ਜੋ ਵੀ ਮੈਂ ਪੁੱਛਣਾ ਮੈਂ ਪੁੱਛ ਲਾਂਗਾ। ਮੇਰੇ ਵੱਲੋਂ ਉਹਨਾਂ ਨੂੰ ਇਹ ਕਹਿ ਦੇਣਾ ਕਿ ਆਪਣੇ ਜੋਬ ਲੈਟਰ, ਆਪਣੇ ਜੋ ਇਨਕਮ ਸਲਿਪ ਹੈ, ਪੇ ਸਟਬਸ ਹੈ, ਪਿਛਲੇ ਜਿੰਨੇ ਵੀ ਉਹਨਾਂ ਕੋਲ ਇਕੱਠੇ ਹੋ ਗਏ, ਉਹ ਤੀਸਰਾ ਆਈਲੈਟਸ ਇੰਗਲਿਸ਼ ਦਾ ਸਕੋਰ ਜਿਹੜਾ ਲੇਟੈਸਟ ਸਕੋਰ ਹੈ, ਇਹ ਤਿੰਨੋ ਚੀਜ਼ਾਂ ਇਕੱਠੇ ਕਰਕੇ ਮੈਨੂੰ ਈਮੇਲ ਕਰੇਗੀ, ਫਿਰ ਮੈਂ ਦੇਖ ਕੇ ਉਹਨਾਂ ਨੂੰ ਦੱਸ ਦਿਆਂਗਾ ਕਿ ਵੀ ਹਾਂ ਐਵਰੀਥਿੰਗ ਲੁਕਿੰਗ ਗੁੱਡ। ਅਲਟੀਮੇਟਲੀ ਉਹ ਉਹਨਾਂ ਨੂੰ ਇੰਪਲੋਇਰ ਤੋਂ ਸਪੋਂਸਰਸ਼ਿਪ ਚਾਹੀਦੀ, ਮਤਲਬ ਕਿ ਦਿਸ ਇਜ਼ ਅ ਪੀਐਨਪੀ ਪ੍ਰੋਗਰਾਮ ਥਰੂ ਇੰਪਲੋਇਰ ਫੋਰ ਪੀਪਲ ਹੂ ਹੈਵ ਜੋਬ ਆਫਰ। ਸੋ ਜੋਬ ਆਫਰ ਹੈ, ਉਹ ਕੰਮ ਵੀ ਕਰ ਰਹੀ ਹੈ, ਸੋ ਦਾ ਪੀਐਨਪੀ ਲੱਗ ਜਾਣੀ। ਇਟ ਆਲ ਡਿਪੈਂਡਸ ਔਨ
how are the documents looking like? Tankha show ho rahi hai, IELTS ho rahi hai ki nahi hai? Woh sare document agar bhejegi, then I can take a look. Theek hai sir. Haan. Baki ye to agar je PNP apply karna hai. Haan ji. PNP apply karna bhi, matlab, je toh article marriage certificate hoega, taan toh ada naam add kar sakdi hai. Theek hai ji. Dekha na, ਉਸੇ ਪਰਪਸ ਤੋਂ ਮੈਂ ਤੁਹਾਨੂੰ ਕਹਿ ਰਿਹਾ ਸੀ ਕਿ ਤੁਸੀਂ ਐਂਗੇਜਮੈਂਟ ਅਗਲੇ ਮਹੀਨੇ ਕਰ ਲਓ ਤੇ ਅਕਤੂਬਰ 'ਚ ਵਿਆਹ ਕਰਕੇ ਆਪਣਾ ਕੰਮ ਖਤਮ ਕਰੋ. ਦੈਟਸ ਵਾਟ ਆਈ ਵਾਸ ਥਿੰਕਿੰਗ. ਹਾਂ ਮੈਂ ਸਰ ਇਹਨੇ ਨਾ ਕਿਉਂਕਿ ਇਹਦੇ ਇੱਕ ਸੀਗਾ ਏਜੰਟ ਤਾਂ ਮੈਨੂੰ ਸਹੀ ਨਹੀਂ ਲੱਗਿਆ ਸੀਗਾ. ਓਕੇ ਐਂਡ ਮੈਂ ਨਾਮ ਲੈਣ ਦਾ ਚੰਗਾ ਨਹੀਂ ਲੱਗਦਾ. ਹਾਂ ਨਹੀਂ ਨਾ 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 ਲੋਕ ਜਨਾ. ਹਾਂਜੀ ਤੇ ਮੈਂ ਉਹਨਾਂ ਨੇ ਜਿਹੜੇ ਪ੍ਰੋਸੈਸ ਥਰੂ ਕਹਿ ਰਹੇ ਸੀਗੇ ਕਿ ਤੁਹਾਨੂੰ ਹਲੇ ਮੈਨੇਜਰ ਬਣ ਕੇ ਕਿਉਂਕਿ ਇਹਨੂੰ ਮੈਨੇਜਰ ਬਣਾਉਣਾ ਉਹਨਾਂ ਨੇ ਅਗਸਤ ਵਿੱਚ. ਨਹੀਂ ਨਹੀਂ ਮੈਨੇਜਰ ਮਤਲਬ ਗੱਲ ਕਰ ਰਹੇ ਪੀਐਨਪੀ ਲਾਣ ਲਈ ਰਾਈਟ. ਹਾਂ ਕੋਈ ਵੀ ਮਤਲਬ ਪੀਐਨਪੀ ਲਾਣ ਲਈ ਆ ਗਿਆ. ਹਾਂਜੀ ਹਾਂ ਹਾਂ ਤਾਂ ਐਜ਼ ਅ ਮੈਨੇਜਰ ਤੋਂ ਬਾਅਦ 1 ਸਾਲ ਦਾ ਜਿਹਦਾ ਐਕਸਪੀਰੀਅੰਸ ਲੈ ਕੇ ਫਿਰ ਉਸ ਤੋਂ ਬਾਅਦ ਪੀਐਨਪੀ ਅਪਲਾਈ ਕਰਨੀ ਆ. I doubt that may be not the right one. I mean, manager ban jaye ya already supervisor as you said is a team lead. I have to check her pay stubs. ਕਿੰਨੀ ਤਨਖਾਹ ਹੈ ਕੀ ਹੈ ਉਹਦੇ ਵਿੱਚ ਤਾਂ ਫਿਰ ਦੇਖ ਕੇ ਤੁਹਾਨੂੰ ਦੱਸਾਂਗਾ ਕਿ ਮੇਬੀ ਸ਼ੀ ਇਜ਼ ਆਲਰੇਡੀ ਕੁਆਲੀਫਾਈਡ ਰਾਈਟ ਨਾਓ ਦੇਰ ਇਜ਼ ਨੋ ਨੀਡ ਟੂ ਗੋ ਫੋਰ ਦ ਮੈਨੇਜਰ. ਸੋ ਜਿਹੜਾ ਇੱਕ ਯੂ ਕੈਨ ਗੋ ਐਂਡ ਚੈੱਕ ਔਨ ਯੋਰ ਓਨ ਜਿਹੜੀ ਬੀ ਸੀ ਪੀ ਐਨ ਪੀ ਦੀ ਵੈਬਸਾਈਟ ਜਾ ਕੇ ਉਹਨਾਂ ਨੂੰ ਚੈੱਕ ਕਰ ਲਓ ਵੈਲਕਮ ਪੀ ਸੀ ਡੋਟ ਸੀ ਏ ਤੇ ਇੰਟਰਨੈਸ਼ਨਲ ਗ੍ਰੈਜੂਏਟ ਹੈ ਇੱਕ ਕੈਟਾਗਰੀ. ਸੋ ਉਹਦੇ ਥਰੂ ਤੁਸੀਂ ਆਪਣੇ ਚੈੱਕ ਕਰ ਸਕਦੇ ਹੋ. ਆਈ ਡੋਂਟ ਥਿੰਕ ਅ ਮੈਨੇਜਰ ਇਜ਼ ਨੀਡਿਡ. Even a supervisor or somebody as a team lead level might also work out. So, par oh profile wagera sari hoegi sara taan phir oh kar sakde. Matlab ke mere khayal jinna ne oh tuhanu kiha na ki bhi tusi manager karke phir ek saal ho jao, oh mere khayal Federal Express entry de bare ya CC class de bare soch rahe hone shayad. That's why they are saying ki bhi tusi wait kar jao ek saal ho jayega. Par main kuch hor keh rahe, main tuhanu sirf itna keh rahe ke ke ਤੁਸੀਂ ਬੀ ਸੀ ਪੀ ਐਨ ਪੀ ਅਪਲਾਈ ਕਰੋ, ਡੋਂਟ ਗੋ ਟੂ ਐਕਸਪ੍ਰੈਸ ਐਂਟਰੀ ਬਿਕੋਜ਼ ਯੂ ਮੇ ਨਾਟ ਹੈਵ ਦੈਟ ਐਕਸਪੀਰੀਅੰਸ ਐਂਡ ਇਨ ਪੀ ਐਨ ਪੀ ਐਕਸਪੀਰੀਅੰਸ ਇਜ਼ ਨਾਟ ਰਿਕੁਆਇਰਡ. ਹਾਂਜੀ ਇਹ ਮੈਂ ਕਹਿ ਰਿਹਾ. ਠੀਕ ਹੈ ਸਰ. ਪਰ ਬੈਟਰ ਅੱਜ ਕੱਲ੍ਹ ਸਾਰੇ ਪੜ੍ਹ ਲਿਖੇ ਆ, ਉਹਨਾਂ ਨੂੰ ਕਹੋ ਕਿ ਆਪ ਤੁਸੀਂ ਬੀ ਸੀ ਪੀ ਐਨ ਪੀ ਨੂੰ ਕਾਲ ਕਰ ਲਓ ਉਹਨਾਂ ਦੇ ਟੋਲ ਫ੍ਰੀ ਨੰਬਰ 'ਤੇ, ਜਾਂ ਆਪਣਾ ਇੱਥੇ ਆਪਣਾ ਜਿਹੜੇ ਵੈਬਸਾਈਟ 'ਤੇ ਚੈੱਕ ਕਰ ਲਓ ਉਹਨਾਂ ਦੇ ਜੋ ਵੀ ਕੁਛ ਹੈ. So that's all it is. Main dekh rahe hai, as I'm talking to you, I'm looking at it. So BC PNP di website te jaake international graduate type karoge te tuhanu unna da criteria pata lag jayega. That means ke odi requirement hai ke they need a job offer already hai, support kar rahi hai apne aap ko, she is qualified to work, diploma already kita hua hai in the past 3 years, NOC level. ਅਗਰ ਜੇ ਬੀ ਕਲਾਸ ਵੀ ਹੈ ਐਜ਼ ਅ ਸੁਪਰਵਾਈਜ਼ਰ ਤੇ ਉਹਨੇ ਇੰਗਲਿਸ਼ ਟੈਸਟ ਲਿਖਣਾ ਹੈ, ਜਿਹੜਾ ਮੈਂ ਤੁਹਾਨੂੰ ਪਹਿਲਾਂ ਕਹਿ ਚੁੱਕਿਆ ਕਿ ਆਈਲੈਟਸ ਦਾ ਸਕੋਰ ਮੈਨੂੰ ਚਾਹੀਦਾ ਹੈ. ਦੈਟ ਇਜ਼ ਇਟ. ਐਂਡ ਸ਼ੀ ਇਜ਼ ਗੁੱਡ ਟੂ ਗੋ, ਸ਼ੀ ਕੈਨ ਅਪਲਾਈ ਰਾਈਟ ਨਾਓ. ਆਈ ਮੀਨ ਆਈ ਡੋਨਟ ਨੋ ਵਾਈ ਟੂ ਵੇਟ ਫੋਰ. ਹਾਂਜੀ ਆਈਲੈਟਸ ਵਿੱਚ ਮਿਨੀਮਮ ਕਿੰਨੇ ਸ਼ੋ ਇਚ ਕਰਨੇ ਪੈਣਗੇ? ਆਈਲੈਟਸ ਉਹ ਮੈਂ ਦੇਖ ਲੈਣਾ ਐਕਚੁਅਲੀ, ਬਟ ਮੈਂ ਤੁਹਾਨੂੰ ਦੇਖ ਕੇ ਦੱਸ ਦਿਆਂਗਾ. ਪਰ ਮੈਨੂੰ ਲੱਗਦਾ ਨਹੀਂ ਕਿ ਜ਼ਿਆਦਾ ਹੋਏਗਾ, ਪਰ ਆਈ ਚੈਕਿੰਗ ਵਾਈਲ ਆਮ ਟਾਕਿੰਗ. ਬਾਕੀ ਹੋਰ ਤੁਸੀਂ ਆਪਣੇ ਕੋਈ ਸਵਾਲ ਅਗਰ ਪੁੱਛਣਾ ਹੈ ਤੇ ਯੂ ਕੈਨ ਕੰਟੀਨਿਊ ਆਸਕਿੰਗ. ਬਾਕੀ ਮੈਂ ਮੀਨਵਾਈਲ ਆਮ ਚੈਕਿੰਗ ਦ ਇੰਗਲਿਸ਼ ਸਕੋਰ ਹੈ. ਕੁਛ ਨਹੀਂ, ਆਪ ਬਸ ਜੋ ਹੁਣ ਸਾਡਾ ਜਿੱਦਾਂ ਚੱਲ ਰਿਹਾ ਇਸ ਵੇਲੇ ਐਜ਼ ਅ ਸਹੀ ਹੈ ਨਾ, ਕੋਈ ਜ਼ਿਆਦਾ ਉਹ ਤਾਂ ਨਹੀਂ ਜਿੱਦਾਂ ਕਹਿੰਦੇ ਕਿ ਆਪਾਂ ਕਿ ਕੰਮ ਖਰਾਬ ਹੋ ਕੇ ਜਾ ਕੇ. ਨਹੀਂ ਕੰਮ ਖਰਾਬ ਨਹੀਂ ਹੋਣਾ. ਕੰਮ ਖਰਾਬ ਸਪਾਊਸ ਵੀਜ਼ਾ ਵਿੱਚ ਤਾਂ ਹੀ ਹੁੰਦਾ ਹੈ ਜਦ as a visa officer menu satisfaction nahi hai ki todi marriage ya relationship genuine hai. That is called kam kharab. Aur kam kharab ki hona hai the marriage certificate tade kol already hai te wo already work permit te kam kar rahi hai, matlab she has a right to sponsor the husband. Hanji, as a visa officer I have to find out ke bhai todi jehri marriage kis irade to hui hai, waqai love relationship hai ya ਜਾਂ ਕੋਈ ਕੈਨੇਡਾ ਜਾਣ ਲਈ ਇਸ ਤਰ੍ਹਾਂ ਕਰਾਇਆ. ਦੈਟ ਇਜ਼ ਆਲ ਇਟ ਇਜ਼. ਇਹਦੇ ਵਿੱਚ ਕੰਮ ਖਰਾਬ ਹੋਣ ਦਾ ਕੋਈ ਮਤਲਬ ਹੀ ਨਹੀਂ ਹੈ. ਹਾਂ ਆਈਲੈਟਸ ਸਕੋਰ ਬਹੁਤ ਹੀ ਥੋੜ੍ਹਾ ਚਾਹੀਦਾ ਹੈ ਐਕਚੁਲੀ. ਆਈਲੈਟਸ ਸਕੋਰ ਤਾਂ ਚਾਹੀਦਾ ਹੀ ਨਹੀਂ ਹੈ. ਆਲ ਯੂ ਨੀਡ ਇਜ਼ ਮਿਨੀਮਮ CLB 4, ਵਿਚ ਇਜ਼ ਕੁਆਇਟ ਲੋ ਐਕਚੁਲੀ. ਆਈ ਐਮ ਸ਼ੋਰ ਕਿ ਉਹਦੇ ਕੋਲ ਜ਼ਿਆਦਾ ਹੀ ਹੋਣਾ. ਸੋ ਡੋਂਟ ਵਰੀ ਅਬਾਊਟ ਇਟ. ਅਗਰ ਆਈਲੈਟਸ ਦਾ 5 ਵੀ ਆ ਜਾਏ ਤਾਂ ਵੀ ਚੱਲੂ ਕੰਮ.
ਉਹਨਾਂ ਨੇ ਆਈਲਸ ਦਿੱਤਾ ਸੀਗਾ ਇਸ ਲਾਸਟ ਮੰਥ। ਹਾਂ ਤੇ ਬਸ ਉਹ ਸਾਰੇ ਡਾਕੂਮੈਂਟਸ ਮੈਨੂੰ ਆਈਲਸ ਦਾ ਸਕੋਰ ਵਗੈਰਾ ਸਾਨੂੰ ਮੈਨੂੰ ਭੇਜ ਦੇਗੀ। ਇਟਸ ਓਨਲੀ ਸ਼ੋਇੰਗ 4.5 3.5 ਕਮ ਔਨ CLB 4 ਬਹੁਤ ਹੀ ਥੋੜਾ ਸਕੋਰ ਲੱਗਦਾ ਹੈ ਐਕਚੁਅਲੀ। ਆਈ ਮੀਨ ਆਈ ਥਿੰਕ ਐਨੀਬਡੀ ਕੈਨ ਗੈਟ ਦਿਸ ਸਕੋਰ। So I'm just looking at it. Benchmark 4 and skill level B. Haan, agar udi level agar A hai, OA hai, phir te submit karne di load hi nahi. Agar B hai, then it's hardly CLB 4. So it's not a big issue about language. Koi issue nahi. Right now, ki apply kar sakde hain. ਬਿਲਕੁਲ ਕਰ ਸਕਦਾ ਹੈ, ਹੁਣੇ ਅਪਲਾਈ ਕਰ ਸਕਦੇ ਆ ਅਗਰ ਪ੍ਰੋਵਾਈਡਡ ਕਿ ਉਹਦਾ ਜੌਬ ਜਿਹੜੀ ਮੈਕਡੋਨਲਡ ਵਾਲਾ ਉਹਨਾਂ ਨੂੰ ਜੌਬ ਲੈਟਰ ਦੇਣ ਨੂੰ ਤਿਆਰ ਹੈ। ਹਾਂਜੀ ਤਿਆਰ ਨੇ। ਹਾਂ ਹਾਂਜੀ ਪਰ ਉਹਦੇ ਵਿੱਚ ਤੁਹਾਨੂੰ ਫਾਇਦਾ ਨਹੀਂ ਹੋਣਾ ਕਿਉਂਕਿ ਯੂ ਆਰ ਨਾਟ ਮੈਰਿਡ ਯੈਟ। ਹਾਂਜੀ ਹਾਂਜੀ ਨਹੀਂ ਉਹ ਮੈਰਿਜ ਦਾ ਸਿਲਸਿਲਾ ਫਿਰ ਉਹ ਤੁਹਾਡਾ ਨਾਮ ਬਾਅਦ ਚ ਵਿੱਚ ਐਡ ਕਰੇਗੀ ਆਫਟਰ ਯੂ ਨੋ 6 ਮੰਥਸ 9 ਮੰਥਸ ਵੈਨ ਐਵਰ ਦੈਟ ਇਜ਼। ਹਾਂਜੀ ਸੋ ਹੋਰ ਬੋਲੋ, ਹੁਕਮ ਕਰੋ। ਹੋਰ ਬਸ ਸਰ ਆਹੀ ਮੈਂ ਫਿਰ ਉਹਨੂੰ ਕਹੂੰਗਾ ਕਿ ਤੁਹਾਨੂੰ ਕੰਟੈਕਟ ਕਰੇ। ਜਰੂਰੀ ਨਹੀਂ ਹੈ ਕਿ ਤੁਸੀਂ ਕੇਸ ਕਿਸੇ ਕੰਸਲਟੈਂਟ ਤੋਂ ਲਾਇਰ ਤੋਂ ਜਾ ਕੇ ਲਗਵਾਓ ਜਾਂ ਮੇਰੇ ਤੋਂ ਲਗਵਾਓ, ਕੋਈ ਜਰੂਰੀ ਨਹੀਂ ਹੈ। ਜੋ ਸਿੰਪਲ ਐਪਲੀਕੇਸ਼ਨ ਹੁੰਦੀ ਹੈ ਉਹ ਤੁਸੀਂ ਆਪਣੇ ਆਪ ਹੀ ਕਰ ਸਕਦੇ ਹੋ। ਲੋਕੀ ਪੜ੍ਹ ਲਿਖੇ ਹੈ, ਸਟੂਡੈਂਟ ਹੈ, ਉਹਨਾਂ ਨੂੰ ਕੰਪਿਊਟਰ ਹੁੰਦੀ ਹੈ ਨੌਲੇਜ, ਆਪਣੇ ਆਪ ਹੀ ਟਿਪ ਟਿਪ ਕਰਕੇ ਆਪਣਾ ਟਾਈਪ ਵਗੈਰਾ ਕਰ ਸਕਦੇ ਹਾਂ। ਤੇ ਆਨਲਾਈਨ ਅਕਾਊਂਟ ਬਣਨਾ ਹੈ ਤੇ ਆਨਲਾਈਨ ਸਾਰੀ ਇਨਫੋਰਮੇਸ਼ਨ ਹੈ, ਆਨਲਾਈਨ ਅਕਾਊਂਟ ਕਰਕੇ ਐਡ ਕਰਕੇ ਆਪਣਾ ਅਪਲੋਡ ਕਰਨਾ ਹੈ, ਡੈਟ ਇਜ਼ ਇਟ। ਬਾਕੀ ਅਗਰ ਹਾਂ ਕੋਈ ਦੂਸਰਾ ਕਰੇਗਾ, ਜਿਸ ਤਰ੍ਹਾਂ ਤੁਸੀਂ ਅਗਰ ਮੈਨੂੰ ਦਿਓਗੇ ਤੇ ਆਈ ਹੈਵ ਟੂ ਚਾਰਜ ਮਨੀ ਫੋਰ ਮਾਈ ਟਾਈਮ ਆਫਕੋਰਸ। ਠੀਕ ਹੈ, ਸੋ ਇਸ ਕਰਕੇ ਆਪਸ਼ਨ ਇਜ਼ ਵਿਥ ਹਰ। ਅਗਰ ਜੇ ਕਿਸੇ ਨੂੰ ਨਹੀਂ ਪਤਾ ਕਿੱਦਾਂ ਕਰਨਾ, ਦੈਨ ਆਈ ਕੈਨ ਟੇਕ ਸਮ ਟਾਈਮ ਐਂਡ ਐਕਸਪਲੇਨ ਟੂ ਦੈਮ ਹਾਓ ਦੈਟ ਇਜ਼ ਇਟ। ਅਲਟੀਮੇਟਲੀ all people are responsible for their own application. Jo unhone bharna hai, jo kuch karna hai. Baki tusi vakeel nu bhi to apni information aap hi dasoge. Haanji haanji ohi ta hai. Je suppose agar main karanga tadi application te tusi mainu dasoge meri kinni ki meri qualification hai, kinna score hai, IELTS hai, kinna kuch hai. Tusi mainu dioge te main apne staff nu kahanga bhai aa bhi bhar do. Ultimately vakeelan da kam sirf inna hi hai ki bhai law nu dekhna. Sada kam koi typing karna nahi hai. ਹਾਂ ਅਗਰ ਕੋਈ ਦਿੱਕਤ ਹੁੰਦੀ ਹੈ, ਕੋਈ ਰਿਫਿਊਜ਼ਲ ਹੈ, ਕੋਈ ਐਡਮਿਨਿਸਟ੍ਰੇਟਿਵ ਇਸ਼ੂ ਹੈ, ਕਿਸੇ ਨੇ ਕੋਈ ਸ਼ੱਕ ਪਾਤਾ, ਕੋਈ ਅਪੀਲ ਕਰਨੀ ਹੈ, ਲਿਟੀਗੇਸ਼ਨ ਹੈ, ਫਿਰ ਵਕੀਲਾਂ ਦਾ ਕੰਮ ਜ਼ਿਆਦਾ ਹੈ। ਹਾਂਜੀ, ਅਦਰਵਾਈਜ਼ ਨੋਰਮਲ ਕੇਸਿਸ ਵਿੱਚ ਨਹੀਂ ਹੈ। ਠੀਕ ਹੈ ਸਰ। ਕਈ ਵਾਰ ਲੋਕ ਮੈਨੂੰ ਅਪਰੋਚ ਕਰਦੇ ਹੈ ਕਿ ਭਾਜੀ ਤੁਸੀਂ ਮੇਰਾ ਟੂਰਿਸਟ ਵੀਜ਼ਾ ਲਗਵਾ ਦਿਓ। ਠੀਕ ਹੈ ਨਾ, ਮੇਰਾ ਜੀ ਫਲਾਨਾ ਵਿਜ਼ਟਰ ਵੀਜ਼ਾ ਰਿਫਿਊਜ਼ ਹੋ ਗਿਆ ਜੀ, ਮੈਨੂੰ ਕਰ ਦਿਓ। ਮੈਂ ਕਿਹਾ ਮੈਂ ਕੀ ਕਰ ਸਕਦਾ ਟੂਰਿਸਟ ਵੀਜ਼ਾ ਤੇ? ਹਾਂਜੀ, ਟੂਰਿਸਟ ਵੀਜ਼ਾ ਵਿੱਚ ਜੇ ਤੁਹਾਡੇ ਕੋਲ ਬੈਕਗ੍ਰਾਉਂਡ ਹੈ, ਵਧੀਆ ਡਾਕੂਮੈਂਟਸ ਹੈ, ਤੇ ਟੂਰਿਸਟ ਵੀਜ਼ਾ ਪਰਪਸ ਦੇਖਦੇ ਹੋਏ ਵੀਜ਼ਾ ਆਫਸਰ ਨੇ ਡਿਸਾਈਡ ਕਰ ਦੇਣਾ, ਵਾਟ ਕੈਨ ਦਾ ਲਾਇਰ ਡੂ? ਲਾਇਰ ਕੈਨ ਨਾਟ ਡੂ ਐਨੀਥਿੰਗ ਔਨ ਦਿਸ। ਹਾਂਜੀ, ਯਾ, ਅਸਲੀਅਤ ਰਿਐਲਿਟੀ ਇਜ਼ ਦਿਸ। ਹੋਰ ਬੋਲੋ ਜੀ ਅਰਸ਼। ਹੋਰ ਬਸ ਸਰ, ਮੇਰੇ ਤਾਂ ਜਿਹੜੇ ਇਸ਼ੂ ਸੀਗੇ ਤੁਸੀਂ ਕਰਤੇ। ਵਾਹਿਗੁਰੂ, ਬਸ ਆਹੀ ਮੈਂ ਹੁਣ ਆਹੀ ਹੈ ਕਿ ਉਹਦਾ ਪ੍ਰੋਸੈਸ ਨਾਲ ਨਾਲ ਚੱਲਦਾ ਰਹੇ, ਕਿਉਂਕਿ ਸਾਨੂੰ ਹਲੇ ਤੱਕ ਦੋ ਕੁ ਏਜੰਟ ਕੋਲ ਗਏ ਸੀਗੇ, ਦੋਨਾਂ ਨੇ ਇਹੀ ਕਿਹਾ ਸੀਗਾ ਕਿ ਹਲੇ ਸਾਲ ਡੇਢ ਸਾਲ ਦੋ ਸਾਲ ਮਤਲਬ ਅਪਲਾਈ ਕਰਨ ਨੂੰ, ਨੋਟ ਇਵਨ ਕਿ PR ਆਉਣ ਨੂੰ ਜਾਂ PNP ਆਉਣ ਨੂੰ, ਕਿ ਅਪਲਾਈ ਕਰਨ ਨੂੰ ਲੱਗਣਗੇ। ਦੇਖੋ ਇਸ ਤਰ੍ਹਾਂ ਹੈ, ਉਹ ਮੇਰੇ ਖਿਆਲ ਹਰੇਕ ਜਿਹੜਾ ਕੰਸਲਟੈਂਟ ਨਾ, ਉਹ ਮੇਰੇ ਖਿਆਲ ਐਕਸਪ੍ਰੈਸ ਐਂਟਰੀ ਨੂੰ ਦੇਖਦੇ ਹੋਏ ਸ਼ਾਇਦ ਉਹਨਾਂ ਨੇ ਰਾਏ ਦਿੱਤੀ ਹੋਣੀ ਹੈ। ਪਰ ਤੁਹਾਨੂੰ ਮੈਂ ਇਸ ਤਰ੍ਹਾਂ ਕਰਾਂਗਾ, ਤੁਹਾਨੂੰ ਮੈਂ ਟਾਈਪ ਕਰ ਦੇਣਾ ਹੁਣੇ ਇੱਕ ਲਿੰਕ ਤੁਹਾਡੇ ਜਿਹੜੇ ਸਕਾਈਪ ਤੇ, ਤੁਸੀਂ ਆਪ ਜਾ ਕੇ BC ਦੀ ਵੈਬਸਾਈਟ ਤੇ ਜਾ ਕੇ ਆਪ ਇਹਨੂੰ ਸਰਚ ਕਰਕੇ ਆਪ ਹੀ ਲਿੰਕ ਕਰਕੇ ਆਪਣੇ ਆਪ ਹੀ ਸਰਵੇ ਕਰ ਲਓ। ਜਾਂ ਉਹ ਵੀ ਨਹੀਂ ਹੁੰਦਾ ਤੇ ਉਹਨੂੰ ਕਹੋ ਕਿ ਬਈ ਡਾਇਰੈਕਟਲੀ PNP ਦੇ ਟੋਲ ਫ੍ਰੀ ਨੰਬਰ, ਲੋਕਲ ਜਿੱਥੇ ਉਹ ਰਹਿ ਰਹੀ ਹੈ ਨੰਬਰ ਕਾਲ ਕਰਕੇ ਡਾਇਰੈਕਟਲੀ ਕਸਟਮਰ ਸਰਵਿਸ ਸਟਾਫ ਨੂੰ ਪੁੱਛ ਲਓ ਬਈ। ਇਸ ਤੋਂ ਬੈਟਰ ਕੀ ਹੋ ਸਕਦਾ? ਹਾਂਜੀ ਹਾਂਜੀ, ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਮੈਨੂੰ ਪਤਾ ਹੈ ਕਿ ਇਹ ਤੇ ਹੁਣ ਆਲਰੇਡੀ ਇੱਥੇ ਰਹਿ ਰਹੀ ਨੇ। ਮੈਂ ਇੱਕ ਕੇਸ ਕੀਤਾ ਸੀ ਅੱਜ ਤੋਂ ਡੇਢ ਜਾਂ ਦੋ ਸਾਲ ਪਹਿਲਾਂ, ਉਹ ਲੁਧਿਆਣੇ ਤੋਂ ਹੀ ਇੱਕ ਡਾਇਰੈਕਟਲੀ ਐਪਲੀਕੈਂਟ ਸੀ, ਉਹਨੂੰ ਜੋਬ ਆਫਰ ਮਿਲੀ ਸੀ ਉਹਨੂੰ। ਸੋ ਉਸ ਜੋਬ ਆਫਰ ਦੇ ਬੇਸ 'ਤੇ PNP ਉਹਨਾਂ ਦੀ ਹੋ ਗਈ ਸੀ। ਹਾਂ, ਪਹਿਲਾਂ ਐਕਚੁਅਲੀ ਵਰਕ ਪਰਮਿਟ ਮਿਲਿਆ, ਫਿਰ PNP ਵੀ ਹੋ ਗਈ ਸੀ ਉਹਨਾਂ ਦੀ। ਸੋ ਇਸ ਕਰਕੇ ਜਦ ਬਾਹਰ ਦੇ ਲੋਕਾਂ ਨੂੰ ਇਸ ਤਰ੍ਹਾਂ ਅਗਰ ਜੋਬ ਆਫਰ ਮਿਲਦੇ ਹੋਏ, ਅਗਰ PNP ਹੋ ਸਕਦੀ ਹੈ, ਤੇ ਜਿਹੜੇ ਆਲਰੇਡੀ ਬੈਠੇ ਹੋਏ ਹੈ
ਜਿਹੜੇ ਆਲਰੇਡੀ ਉੱਥੇ ਪੜ੍ਹਾਈ ਕਰ ਚੁੱਕੇ ਆ, ਜਿਹੜੇ ਆਲਰੇਡੀ ਉੱਥੇ ਕੰਮ ਕਰਕੇ ਜੌਬ ਲੈਟਰ ਪੇ ਸਟਬਸ ਵਗੈਰਾ ਹੈ, ਉਹਨਾਂ ਨੂੰ ਕੀ ਦਿੱਕਤ ਹੈ ਫਿਰ? ਉਹ ਸਰ ਮੈਂ ਵੀ ਉਹੀ ਦੇਖਣਾ ਸੀਗਾ ਕਿ ਕਾਫੀ ਲੋਕਾਂ ਦੀ ਜਿਹੜਾ ਆਫਟਰ ਸਟੱਡੀ ਵਰਕ ਪਰਮਿਟ ਆਉਣ ਤੋਂ ਵਿਦ ਇਨ ਅ ਈਅਰ ਅਪਲਾਈ ਕਰ ਲੈਂਦੇ ਆ, ਆ ਵੀ ਜਾਂਦੇ ਕਈਆਂ ਦੀ ਪੀਐਨਪੀ, ਸਾਲ ਦੋ ਸਾਲ ਵੇਟ ਕਿਉਂ ਕਰਨੀ? ਮੇ ਬੀ ਦੂਸਰਾ ਰਸਤਾ ਹੋਊਗਾ ਜਿਹੜਾ ਉਹ ਦੇਖ ਰਹੇ ਹੋਗੇ ਅਗਰ, ਬਟ ਆਪਣਾ ਦੂਸਰੇ ਰਸਤੇ ਬਣਦਾ ਪਿਆ ਕੰਮ, ਫਿਰ ਆਪਾਂ ਲੌਂਗ ਵੇਟ ਕਰਕੇ ਕੀ ਫਾਇਦਾ? ਨਹੀਂ ਨਹੀਂ ਦੇਖੋ, ਤੁਹਾਡੇ ਕੇਸ 'ਚ ਤੁਸੀਂ ਇਹ ਫੈਸਲਾ ਇਹ ਲੈਣਾ ਹੈ ਕਿ ਪੀਐਨਪੀ ਇੱਕ ਸੈਪਰੇਟ ਸਟ੍ਰੀਮ ਹੈ, ਪੀਐਨਪੀ ਅਗਰ ਜੇ ਪੀਐਨਪੀ ਨੋਮੀਨੇਸ਼ਨ ਹੋ ਗਈ, ਉਹਦੀ ਨੋਮੀਨੇਸ਼ਨ ਇਟ ਮੇ ਟੇਕ ਫਿਊ ਮੰਥਸ, 4 to 5, 6 months, ਉਹਦੇ ਬਾਅਦ ਫਿਰ ਵਰਕ ਪਰਮਿਟ ਤੇ ਤੁਸੀਂ ਅਪਲਾਈ ਕਰਨਾ ਹੀ ਕਰਨਾ ਹੈ, ਭਾਵੇਂ ਉਹ ਤੁਸੀਂ ਐਜ਼ ਅ ਪੀਐਨਪੀ ਨੋਮੀਨੀ ਬਣ ਕੇ ਉਹ ਅਪਲਾਈ ਤੁਹਾਡੇ ਲਈ ਕਰੇਗੀ, ਫਿਰ ਇੱਕ ਦੈਟਸ ਐਨ ਆਪਸ਼ਨ, ਪਰ ਜੇ ਹੁਣ ਵੀ ਤੁਸੀਂ ਅਗਰ ਕਰਨਾ ਹੈ ਤਾਂ ਹੁਣ ਵੀ ਕਰ ਸਕਦੇ ਹੋ। ਪ੍ਰੋਬਲਮ ਇਜ਼ ਨਾਟ ਅਬਾਊਟ ਪੀਐਨਪੀ ਔਰ ਐਕਸਪ੍ਰੈਸ ਐਂਟਰੀ, ਦਾ ਪ੍ਰੋਬਲਮ ਇਜ਼ ਯੂ ਆਰ ਨਾਟ ਮੈਰਿਡ ਯੈਟ। ਤੁਹਾਨੂੰ ਇੰਗੇਜਮੈਂਟ ਕਰਕੇ ਮੈਰਿਜ ਸਰਟੀਫਿਕੇਟ ਜਲਦ ਤੋਂ ਜਲਦ ਤੁਸੀਂ ਆਪਣਾ ਇੰਤਜ਼ਾਮ ਕਰੋ, ਆਪਣੀ ਰਿਲੇਸ਼ਨਸ਼ਿਪ ਹਿਸਟਰੀ ਜਿਹਨੂੰ ਅਸੀਂ ਕਹਿੰਦੇ ਹਾਂ, ਆਈ ਐਮ ਸੇਇੰਗ ਦਿਸ ਮੈਨੀ ਟਾਈਮਸ, ਰਿਲੇਸ਼ਨਸ਼ਿਪ ਹਿਸਟਰੀ ਨੂੰ ਸਟਰੋਂਗ ਕਰਕੇ ਡਾਕੂਮੈਂਟ ਕਰੋ ਉਸ ਚੀਜ਼ ਨੂੰ। ਠੀਕ ਹੈ, ਮੇਰੇ ਕੋਲ ਤੁਹਾਡਾ ਈਮੇਲ ਐਡਰੈਸ ਆ ਚੁੱਕਿਆ ਹੈ, ਤੁਹਾਨੂੰ ਮੈਂ ਈਮੇਲ ਕਰ ਦਿਆਂਗਾ, ਤੇ ਉਸ ਈਮੇਲ ਨੂੰ ਰਹਿ ਕੇ ਤੁਸੀਂ ਪ੍ਰਿੰਟ ਕਰਕੇ ਆਪਣਾ ਇੱਕ ਐਜ਼ ਅ ਫਾਈਲ ਬਣਾ ਲਓ, ਐਂਡ ਦੈਨ ਯੂ ਨੋ ਸਟਾਰਟ ਕਲੈਕਟਿੰਗ ਆਲ ਦਾ ਡਾਕੂਮੈਂਟਸ। ਓਕੇ ਸਰ, ਫਿਰ ਡਾਕੂਮੈਂਟਸ ਆਪਣੇ ਵੀ ਨਾਲ ਕਲੈਕਟ ਕਰਨੇ, ਤੇ ਇੱਕ ਵਾਰੀ ਉਹਦੇ ਕੇਸ ਬਾਰੇ ਵੀ ਸਰ ਤੁਹਾਨੂੰ ਕਾਲ ਕਰੂਗੀ। ਕੋਈ ਨਹੀਂ, ਸ਼ੁਕਰੀਆ। ਹੋਰ ਸੁਣਾਓ ਆਸਟ੍ਰੇਲੀਆ? ਵੈਸੇ ਮੈਨੂੰ ਬਹੁਤ, ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ, ਆਸਟ੍ਰੇਲੀਆ ਤੋਂ ਮੈਨੂੰ ਕਾਲ ਬਹੁਤ ਕਰਦੇ ਹੈ ਲੋਕ, ਤੇ ਆਸਟ੍ਰੇਲੀਆ ਮੇਰੇ ਦਿਮਾਗ 'ਚ ਹੈ ਕਿ ਮੈਂ ਆਸਟ੍ਰੇਲੀਆ ਜਾ ਕੇ ਇੱਕ ਵਾਰ ਘੁੰਮ ਕਰ ਆਵਾਂ, ਦੇਖਾਂ ਉੱਥੇ ਲੋਕੀ ਕਹਿੰਦੇ ਗੋਲਡ ਕੋਸਟ ਹੈ, ਫਲਾਨਾ ਕੋਸਟ ਹੈ, ਇਸ ਤਰ੍ਹਾਂ ਦੇ ਬਹੁਤ ਸੋਹਣੇ ਸੋਹਣੇ ਉੱਥੇ ਜਿਹੜੇ ਦ੍ਰਿਸ਼ ਹੈ ਦੇਖਣ ਵਾਲੇ, ਆਖਰੀ ਸਾਲ ਕੁਛ 70,000 ਅਰਾਊਂਡ ਸੀਟ ਸੀਗੀਆਂ, ਆਖਰੀ ਤੋਂ ਆਖਰੀ ਸਾਲ, ਤੇ ਇਹਨਾਂ ਨੇ ਅਰਾਊਂਡ 50,000 ਹੀ ਭਰੀਆਂ ਸੀਗੀਆਂ, 20,000 ਇਹਨਾਂ ਨੇ ਖਾਲੀ ਜਾਂ ਦਿੱਤੀਆਂ। ਅੱਛਾ, ਹਾਂਜੀ, ਏਦਾਂ ਬਹੁਤ, ਜਿਹੜੀ ਇੱਥੇ ਲੇਬਰ ਪਾਰਟੀ ਆ ਥੋੜੀ ਸਟ੍ਰਿਕਟ ਬਹੁਤ ਆ ਚੀਜ਼ਾਂ ਨੂੰ ਲੈ ਕੇ, ਇਮੀਗ੍ਰੇਸ਼ਨ ਲੈ ਕੇ। ਅੱਛਾ, ਠੀਕ ਹੈ। ਤੇ ਤੁਸੀਂ ਹੁਣ ਆਪਣਾ ਯੂ ਆਰ ਸਟੱਡੀਂਗ ਫੋਰ ਕੁੱਕ ਸ਼ੈਫ ਪ੍ਰੋਗਰਾਮ, ਕੁੱਕ ਬਨ, ਕੁੱਕ ਬਨ ਲਈ? ਅੱਛਾ, ਤੇ ਫਿਰ ਇੱਥੇ ਕੋਈ ਜੌਬ ਜੋ ਮਿਲੇਗੀ ਜਾਂ ਕਿਸ ਤਰ੍ਹਾਂ ਹੋਏਗਾ ਫਿਰ ਉਹਦੇ ਬਾਅਦ? ਜੌਬ ਵੀ ਮਿਲ ਸਕਦੀ ਆ, ਅਗਰ ਮੈਂ ਉਹੀ ਜੌਬ ਤਾਂ ਮਿਲ ਸਕਦੀ, ਉਹਦਾ ਨਹੀਂ ਕੋਈ ਗੱਲ, ਮੈਂ ਉਹੀ ਕਰ ਰਿਹਾ ਸੀ ਕਿ ਜੌਬ ਤੋਂ ਪਹਿਲਾਂ ਸਟੱਡੀ ਖਤਮ ਹੋਣ ਤੱਕ ਮੈਂ ਫਿਰ ਅਗਰ ਉੱਥੇ ਮੂਵ ਹੋ ਜਾਵਾਂ। ਨਹੀਂ, ਫੇਕ ਤੇ ਚਲੋ ਕੁਛ ਹੋਰ ਚੀਜ਼ ਹੈ, ਪਰ ਸਰਕਾਰੀ ਨੋਟ, ਅਸਲੀ ਨੋਟ, $50 ਦਾ ਜਿਹੜਾ ਨੋਟ ਹੈ ਜਿਹੜਾ ਰਿਲੀਜ਼ ਹੋਇਆ ਸੀ ਮੇਰੇ ਖਿਆਲ ਅਕਤੂਬਰ, ਉਹਦੇ ਵਿੱਚ ਕਾਫੀ ਵਧੀਆ ਇਹਨਾਂ ਨੇ ਬਣਾਇਆ, ਲੇਕਿਨ ਜਿਹੜੀ ਰਿਸਪੋਂਸਿਬਿਲਿਟੀ ਦੀ ਸਪੈਲਿੰਗ ਹੈ ਉਹ ਗਲਤ ਲਿਖੀ ਹੈ, ਪਤਾ ਨਹੀਂ ਇਸ ਚੀਜ਼ ਦਾ। ਹਾਂ, ਰਿਸਪੋਂਸਿਬਿਲਿਟੀ ਦੀ ਸਪੈਲਿੰਗ ਹੈ ਤੁਹਾਡੇ ਜਿਹੜੇ ਨੋਟ ਤੇ ਲਿਖਿਆ ਹੁੰਦਾ, ਇਟ ਇਜ਼ ਅ ਗ੍ਰੇਟ ਰਿਸਪੋਂਸਿਬਿਲਿਟੀ ਟੂ ਬੀ ਦ ਓਨਲੀ ਵੂਮਨ ਹੇਅਰ, ਇਸਦਾ ਕੁਝ ਲਿਖਿਆ ਹੁੰਦਾ ਸ਼ਾਇਦ, ਜਿਹੜਾ ਮਤਲਬ ਲਿਖਿਆ ਫਸਟ ਫੀਮੇਲ ਮੈਂਬਰ। ਹਾਂ ਹਾਂ, ਪਰ ਉਹਦੇ ਵਿੱਚ ਰਿਸਪੋਂਸਿਬਿਲਿਟੀ ਦੀ ਸਪੈਲਿੰਗ ਸਰਕਾਰੀ ਜਿਹੜੇ ਨੋਟ ਵਿੱਚ ਗਲਤ ਲਿਖੀ ਹੋਈ ਹੈ, ਤੇ ਹੁਣ ਦੁਨੀਆ ਦੇਖ ਰਹੀ ਹੈ ਕਿ ਵੀ ਤੁਸੀਂ ਸਰਕਾਰ ਹੋ, ਤੁਸੀਂ ਇੰਗਲਿਸ਼ ਬੋਲਦੇ ਹੋ, ਲੋਕਾਂ ਨੂੰ ਕਹਿੰਦੇ ਹੋ ਆਈਲੈਟਸ ਪੜ੍ਹਨਾ ਹੈ, ਫਲਾਨਾ ਦਿਓ ਵਾਲਾ, ਤਾਂ ਤੁਸੀਂ ਆਪ ਹੀ, ਤੁਹਾਨੂੰ ਪਤਾ ਨਹੀਂ ਸਪੈਲਿੰਗ ਕੀ ਕਰਨਾ। ਹਾਂ, ਤੁਸੀਂ ਚੈੱਕ ਕਰ ਲਿਓ, ਜਾ ਕੇ ਆਪਣੇ ਗੂਗਲ ਤੇ ਟਾਈਪ ਕਰ ਲਓ ਆਸਟ੍ਰੇਲੀਅਨ ਨੋਟ ਵਗੈਰਾ, ਤੇ ਆਸਟ੍ਰੇਲੀਅਨ $50 ਬਿੱਲ, ਤੁਹਾਨੂੰ ਪਤਾ ਲੱਗ ਜਾਏਗਾ। ਹਾਂਜੀ ਹਾਂਜੀ, ਠੀਕ ਹੈ ਜੀ ਅਰਸ਼, ਥੈਂਕ ਯੂ ਵੈਰੀ ਮੱਚ ਫੋਰ ਯੋਰ ਟਾਈਮ, ਤੇ ਆਈ ਹੋਪ ਦੈਟ ਐਵਰੀਥਿੰਗ ਇਜ਼ ਵਰਕਸ ਆਊਟ, ਐਂਡ ਵਿਦਿਨ 5 ਮਿੰਟਸ ਯੂ ਵਿਲ ਗੈਟ ਮਾਈ ਈਮੇਲ। ਓਕੇ ਸਰ, ਥੈਂਕ ਯੂ। ਠੀਕ ਹੈ, ਥੈਂਕ ਯੂ ਬ੍ਰਦਰ, ਥੈਂਕ ਯੂ, ਬਾਏ।